ਜੀ ਨਮਸਕਾਰ ਦੋਸਤੋ, ਸਤਵੀਰ ਔਜਲਾ ਭਾਈ ਨੇ ਚੌਥਾ ਗਾਣਾ ਕੱਢ ਦਿੱਤਾ ਆ। ਕਿਹੜਾ ਕੱਢਿਆ? ਬਾਜ਼ਾਰ। ਭਾਬੀ ਕਹਿੰਦੀ ਹੈ ਚੱਲ ਮੈਨੂੰ ਬਾਜ਼ਾਰ ਲੈ ਕੇ ਚੱਲ, ਦੀਵਾਲੀ ਹੈਗੀ ਆ, ਕੋਲੇ ਚੌਥ ਆ ਗਿਆ, ਜਾਈ ਬੰਦਾ ਕੁਛ ਵੀ। ਤਾਂ ਪਹਿਲਾਂ ਗਾਣਾ ਸੁਣੋ ਤੁਸੀਂ। ਦਿੱਲੀ ਅੱਖ ਨੂੰ ਲਹਿੰਗਾ ਵੇ ਲਹਿੰਗਾ ਵੇ ਲਹਿੰਗਾ ਵੀ ਲੈ ਦੀ ਮੇਰੇ ਪਤਲੇ ਜੇ ਲੱਕ ਨੂੰ, ਇੱਕ ਚੰਨਾ ਗਾਲੇ ਨੂੰ ਕਰਾ ਦੇ ਹਾਰ ਵੇ, ਅੱਜ ਚੰਨਾ ਹੁਸਨ ਦਾ ਮੁੱਲ ਕਰ ਦੇ, ਅੱਜ ਲੈ ਕੇ ਚੱਲ ਕੁੜੀ ਨੂੰ ਬਾਜ਼ਾਰ ਵੇ, ਅੱਜ ਚੰਨਾ। ਹਾਂਜੀ ਦੋਸਤੋ, ਸੁਣਿਆ ਭਾਬੀ ਕੀ ਕਹਿ ਰਹੀ ਆ? ਕਹਿੰਦੀ ਇੱਕ ਤਾਂ ਮੈਂ ਲੈਣਾ ਪਰਾਂਦਾ, ਇੱਕ ਤਾਂ ਮੈਂ ਲੈਣਾ ਹੈਗਾ ਪਰਾਂਦੇ ਵਾਲੀ, ਹੁਣ ਲੈਣ ਅੱਗੇ ਆਉਣੀ ਹੈਗੀ ਆ। ਯਾਨੀ ਕਿ ਭਾਬੀ ਕਹਿੰਦੀ ਹੈਗੀ ਆ ਕਿ ਅੱਜ ਮੇਰਾ ਦਿਲ ਕਰਦਾ ਸ਼ੋਪਿੰਗ ਕਰਨ ਨੂੰ, ਤਾਂ ਤੁਸੀਂ ਮੈਨੂੰ ਲੈ ਕੇ ਚਲੋ ਅਤੇ ਨਾਲ ਕੁਛ ਦਵਾਓ ਅਤੇ ਨਾਲ ਆਪਣੀ ਕਾਰ ਕੱਢੋ। ਇਸ ਕਰਕੇ ਇਸ ਗਾਣੇ 'ਚ ਇਹੀ ਗੱਲ ਕਿਹਾ ਹੋਇਆ ਆ ਕਿ ਮੈਨੂੰ ਅੱਜ ਸ਼ੋਪਿੰਗ ਕਰਾ ਅਤੇ ਬਾਜ਼ਾਰ ਮੈਨੂੰ ਲੈ ਕੇ ਚੱਲ, ਬਾਜ਼ਾਰ ਲੈ ਕੇ ਚੱਲ, ਮੁੜ ਕੇ ਆਪਾਂ 2-4 ਘੰਟੇ ਆਪਾਂ ਉੱਥੇ ਕੱਢਾਂਗੇ, ਟਾਈਮ ਸਪੈਂਡ ਕਰਾਂਗੇ। ਤਾਂ ਗਾਣੇ ਦਾ ਤੁਸੀਂ ਆਪਲਾ ਬੋਲ ਵੀ ਸੁਣੋ ਯਾਰ। ਹਾਂਜੀ ਦੋਸਤੋ, ਸੁਣਿਆ ਤੁਸੀਂ ਕੀ ਕਹਿ ਰਹੇ ਨੇ? ਭਾਜੀ ਭਾਬੀ ਦੀ ਫੀਲਿੰਗ ਦੱਸ ਰਹੇ ਨੇ ਕਿ ਅੱਜ ਮੈਨੂੰ ਲੈ ਦੇ ਤੂੰ ਪਰਾਂਦਾ, ਮੈਂ ਬਾਕੀ ਬਾਜ਼ਾਰ ਜਾ ਕੇ ਸੋਚਾਂਗੀ ਕਿ ਮੈਨੂੰ ਕੀ ਯਾਦ ਆਉਣਾ ਆ। ਬਾਕੀ ਕਿਉਂਕਿ ਜਨਾਨੀ ਜਿਹੜੀ ਆਦਤ ਹੁੰਦੀ ਹੈਗੀ ਆ, ਉਹੀ ਹੁੰਦੀ ਹੈਗੀ ਆ ਕਿ ਬਾਜ਼ਾਰ ਜਾ ਕੇ ਆਪਾਂ ਸੋਚੇ ਨਾ ਹੁਣ ਆਹ ਵੀ ਲੈ ਲਵਾਂ, ਹੁਣ ਉਹ ਵੀ ਲੈ ਲਵਾਂ, ਕਿਉਂਕਿ ਅੱਧੀ ਜ਼ਿਆਦਾ ਚੀਜ਼ਾਂ 'ਤੇ ਬਾਜ਼ਾਰ 'ਚ ਜਾ ਕੇ ਸੋਚਦੀਆਂ ਜੋ ਜਨਾਨੀ ਦੀ ਅਸਲ 'ਚ ਆਦਤ ਹੈਗੀ ਆ। ਇੱਕ ਕਰਕੇ ਜਨਾਨੀ ਦੀ ਆਦਤ ਨੂੰ ਪੇਸ਼ ਕੀਤਾ ਗਿਆ ਵਿੱਚ ਕਿ ਬਾਜ਼ਾਰ ਜਾ ਕੇ ਮੈਂ ਆਹ ਵੀ ਖਰੀਦ ਲਵਾਂ, ਮੈਂ ਉਹ ਵੀ ਖਰੀਦ ਲਵਾਂ, ਤਾਂ ਮੌਕੇ 'ਤੇ ਜੋ ਵੀ ਆਉਂਦਾ ਪੈਸੇ ਤਾਂ ਇਹਨੇ ਹਸਬੈਂਡ ਨੇ ਦੇਣੇ ਆ। ਅਤੇ ਇਸ ਕਰਕੇ ਬਸ ਇਸ ਗਾਣੇ 'ਚ ਇਹੀ ਦੱਸਿਆ ਗਿਆ ਜਨਾਨੀਆਂ ਦੇ ਆਦਤ ਦੱਸਿਆ ਗਿਆ ਆ। ਅਤੇ ਜਿਹੜੀ ਇਹ ਵੀਡੀਓ ਦੇਖ ਰਹੇ ਨੇ ਉਹ ਗੁੱਸਾ ਨਾ ਕਰਨ, ਜਨਾਨੀਆਂ ਵੀ ਜਿਹੜੀਆਂ ਕੁੜੀਆਂ ਹੈਗੀਆਂ, ਚਾਹੇ ਕੋਮਲ ਆ, ਚਾਹੇ ਡਿਸ਼ਾ ਆ, ਚਾਹੇ ਨੇਹਾ, ਚਾਹੇ ਪ੍ਰੀਤੀ ਆ, ਕੋਈ ਵੀ ਜਿਹੜੇ ਮੇਰੇ ਹੈਗੇ ਆ ਯੂਟਿਊਬ ਫੈਮਿਲੀ, ਤਾਂ ਇਸ ਕਰਕੇ ਇਸ ਗਾਣੇ ਨੂੰ ਇਹੀ ਬਣਾਉਂਦਾ ਮਤਲਬ ਆ ਕਿ ਚਲੋ ਮੈਨੂੰ ਬਾਜ਼ਾਰ ਲੈ ਕੇ ਚੱਲ, ਗੱਡੀ ਕੱਢ, ਆਪਾਂ ਸ਼ੋਪਿੰਗ ਕਰਨ ਜਾਣੀ ਆ, ਅਤੇ ਬਾਕੀ ਜੋ ਵੀ ਸਮਾਨ ਹੈਗਾ ਮੈਂ ਬਾਜ਼ਾਰ ਜਾ ਕੇ ਯਾਦ ਕਰ ਲੂੰਗੀ। ਤਾਂ ਜੇ ਚੈਨਲ 'ਤੇ ਨਵੇਂ ਨੇ ਲਾਈਕ ਕਰਨ, ਕਮੈਂਟ ਕਰਨ, ਸਬਸਕ੍ਰਾਈਬ ਕਰਨ ਅਤੇ ਬੈਲ ਆਈਕਨ ਨੂੰ ਔਨ ਕਰ ਲੈਣ। ਧੰਨਵਾਦ ਜੀ।